ਤਾਂ ਕਿਉਂਕਿ ਇੱਕ ਵੱਡੀ ਕਹਿ ਸਕਦੇ ਸੇਂਧ ਜਿਹੜੀ ਹੈ ਉਹ ਲਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ, ਲੇਕਿਨ ਇੱਥੇ ਦੇ ਲੋਕਰ ਜਿਹੜੇ ਹੈ ਉਹ ਮਜ਼ਬੂਤ ਸੀ ਔਰ ਇਸ ਕਰਕੇ ਲੇਕਿਨ ਕਿਸ ਤਰ੍ਹਾਂ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਉਹ ਪਿੱਛੇ, ਕਿਉਂਕਿ ਇੱਥੇ ਪੂਰਾ ਰੈਨੋਵੇਟ ਹੋ ਰਿਹਾ ਬਿਲਕੁਲ ਨਾਲ ਵਾਲਾ ਸ਼ੋਰੂਮ, ਔਰ ਪਿੱਛੋਂ ਬਿਲਕੁਲ ਕਿਉਂਕਿ ਜਿਹੜੀ ਉੱਥੇ ਜਿਹੜੀ ਖਿੜਕੀ ਹੈ ਔਰ ਉਹ ਖੁੱਲਿਆ ਪਿਆ, ਕਿਉਂਕਿ ਹਜੇ ਕੰਮ ਚੱਲ ਰਿਹਾ, ਇੱਥੇ ਕੋਈ ਜਿਹੜੀ ਜਾਲੀ ਆ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਲਾਈ ਹੋਈ, ਜਿਸ ਕਰਕੇ ਉਹਨਾਂ ਨੇ ਇਸਦਾ ਫਾਇਦਾ ਚੁੱਕਿਆ। ਯਾਨੀ ਕਿ ਉਹਨਾਂ ਨੂੰ ਪਤਾ ਸੀਗਾ, ਉਹਨਾਂ ਨੂੰ ਪਤਾ ਸੀ ਕਿ ਇੱਥੇ ਇਹ ਇੱਥੋਂ ਉਹਨਾਂ ਨੇ ਬੈਕ ਸਾਈਡ ਵੀ ਜਿਹੜਾ ਰੈਸੀਡੈਂਸ ਏਰੀਆ ਬੈਕ ਸਾਈਡ ਦਾ, ਔਰ ਇਸੇ ਥਾਂ ਤੇ ਉਹਨਾਂ ਨੇ ਰਾਤ ਨੂੰ, ਦੱਸਿਆ ਜਾ ਰਿਹਾ ਕਿ ਕਰੀਬ ਲੇਟ ਨਾਈਟ ਦੀ ਇਹ ਘਟਨਾ ਹੈਗੀ ਹੈ, 2:30 to 3 o'clock ਦੀ, ਇੱਥੋਂ ਉਹਨਾਂ ਨੇ 4 to 5 ਜਿਹੜੇ ਆਏ ਔਰ ਉਹਨਾਂ ਨੇ ਇੱਥੋਂ ਐਂਟਰ ਹੋ ਕੇ ਇਹ ਦੀਵਾਰ ਜਿਹੜੀ ਤੋੜੀ, ਯਾਨੀ ਕਿ ਪਹਿਲਾਂ ਹੀ ਰੈਕੀ ਹੋ ਚੁੱਕੀ ਸੀ, ਯਾਨੀ ਕਿ ਉਹਨਾਂ ਨੂੰ ਪਤਾ ਸੀਗਾ ਕਿ ਮੁਥੂਟ ਫਾਈਨੈਂਸ ਦੇ ਵਿੱਚ ਕਾਫੀ ਗੋਲਡ ਪਿਆ ਹੈ, ਕਾਫੀ ਕੈਸ਼ ਪਿਆ ਔਰ ਕਾਫੀ ਕਰੋੜਾਂ ਦਾ ਇਹਦੇ ਵਿੱਚ ਸਮਾਨ ਪਿਆ, ਜਿਸ ਕਰਕੇ ਹਾਲਾਂਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਔਰ ਤਸਵੀਰਾਂ ਇਹ ਤੋੜਨ ਦੀ ਕੋਸ਼ਿਸ਼ ਕੀਤੀ, ਜਿਹੜਾ ਪੂਰਾ ਇਹ ਦੇਖ ਸਕਦੇ ਹੋ ਤੁਸੀਂ, ਇਹ ਅੰਦਰ ਦਾ ਜਿਹੜਾ ਇਹਨਾਂ ਨੇ ਪਲਾਏ ਦਾ ਬੋਰਡ ਲਾਇਆ ਹੋਇਆ ਉਹ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਤੋਂ ਬਾਅਦ ਇਹਨਾਂ ਦੇ ਕੋਲ ਜਿਹੜਾ ਸਮਾਨ ਜਿਹੜਾ ਇਹ ਜਿਹੜਾ ਬੈਗ ਵਗੈਰਾ ਵੀ ਹੈਗਾ ਉਹ ਵੀ ਇਹਨਾਂ ਨੇ ਪੂਰਾ ਜਿਹੜਾ ਹੈਗਾ ਉਹ ਸਮਾਨ ਸਮੂਨ ਸਾਰਾ ਕੀਤਾ ਅਤੇ ਸਾਰੀ ਚੀਜ਼ਾਂ ਇਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਨੇੜੇ ਤੇੜੇ ਦੇ ਜਿੰਨੇ CCTV ਫੁਟੇਜ ਹੈ ਉਹ ਵੀ ਜਿਹੜੀ ਹੁਣ ਖੰਗਾਲਦੀ ਨਜ਼ਰ ਆ ਰਹੀ ਹੈ, ਕਿਉਂਕਿ ਇੱਕ ਦਾ ਕੰਮ ਨਹੀਂ ਹੈ, ਇਹਦੇ ਵਿੱਚ ਕਿਤੇ ਨਾ ਕਿਤੇ 3 to 4 ਲੋਕਾਂ ਦਾ ਹੱਥ ਹੈ, ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ। ਔਰ ਇਹਦੇ ਵਿੱਚ ਬਹੁਤ ਸਾਰਾ ਗੋਲਡ ਹੁੰਦਾ ਹੈ, ਇੱਥੇ ਸਟੋਰ ਹੁੰਦਾ ਔਰ ਪੂਰੇ ਲੋਕਰਸ ਲਾਏ ਹੋਏ ਨੇ, ਲੇਕਿਨ ਰਾਹਤ ਦੀ ਇਹ ਗੱਲ ਹੈ ਕਿ ਜ਼ਰੂਰ ਇਹਦੇ ਵਿੱਚ ਬਚਾਵ ਹੋਇਆ ਔਰ ਲੇਕਿਨ ਬੜੇ ਸ਼ਾਤਿਰ ਤਰੀਕੇ ਦੇ ਨਾਲ ਉਹ ਆਏ, ਉਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਔਰ ਉਹਨਾਂ ਨੇ ਪੂਰੀ ਰੈਕੀ ਵੀ ਕੀਤੀ ਹੋਣੀ ਜਿਸ ਤਰ੍ਹਾਂ ਦੇ ਉਹਨਾਂ ਨੇ ਪੂਰੀ ਚੋਰੀ ਜਿਹੜੀ ਹੈਗੀ ਉਹ ਕੀਤੀ ਹੈ। ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, CCTV ਜਿਹੜੇ ਉਹ ਖੰਗਾਲੇ ਜਾ ਰਹੇ ਨੇ ਕਿ ਪਿੱਛੋਂ, ਕਿਉਂਕਿ ਦੇਰ ਰਾਤ ਕਰੀਬ 3:30 to 3 o'clock ਦੀ ਇਹ ਪੂਰੀ ਵਾਰਦਾਤ ਹੈ, ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।